ਤੁਹਾਡੀ ਇੱਥੇ ਸਭ ਤੋਂ ਜ਼ਿਆਦਾ ਵੋਟ ਹੈ ਪੂਰੇ ਪੰਜਾਬ ਸਭ ਤੋਂ ਜ਼ਿਆਦਾ ਜੀ ਬੀ ਐਸ ਪੀ ਦੀ ਵੋਟ ਸੀ ਤੇ ਪੰਜਾਬ ਚ ਫਲੋਰ ਪਰ ਉਹ ਕਹਿੰਦੇ ਤੁਹਾਨੂੰ ਇਹ ਨਹੀਂ ਦੇਵਾਂਗੇ ਤੁਹਾਨੂੰ ਦੇਵਾਂਗੇ ਜਿੱਥੇ 500 ਹੈ 200 ਹੈ 300 ਹੈ ਉੱਥੇ ਜਾ ਕੇ ਲੜੋ ਤਾਂ ਉਹ ਕਹਿੰਦੇ ਅਸੀਂ ਸੋਚਿਆ ਵੀ ਹੁਣ ਇਸ ਪਾਰਟੀ ਚ ਰਹਿਣ ਦਾ ਕੋਈ ਮਤਲਬ ਨਹੀਂ ਕਿਉਂਕਿ ਬਾਬੂ ਕਾਂਸ਼ੀ ਰਾਮ ਜੀ ਦੀ ਜਿਹੜੀ ਸੋਚ ਹੈ ਉਹ ਇਹਨਾਂ ਨੇ ਖਤਮ ਕਰਤਾ ਔਰ ਇਹਦਾ ਪਿਛਲੀ ਵਾਰੀ ਆ ਬਲਦੇਵ ਕਹਿ ਰਹੇ ਸੀ ਤੁਸੀਂ ਸਪੀਚਾਂ ਦੇਖ ਲਓ ਕਹਿੰਦਾ ਸੀ ਮੈਂ ਕਾਂਸ਼ੀ ਰਾਮ ਜੀ ਦਾ ਕੇਲਾ ਢਾਤਾ ਇਹ ਬਲਦੇਵ ਖਹਿਰਾ ਕਹਿੰਦਾ ਸੀ ਹੁਣ ਫੋਟੋ ਲਾ ਲਈ ਫੇਰ ਇੱਕ ਪਾਸੇ ਬਾਬਾ ਸਾਹਿਬ ਦੀ ਇੱਕ ਪਾਸੇ ਕਾਂਸ਼ੀ ਰਾਮ ਜੀ ਦੀ ਇਹਨਾਂ ਤੋਂ ਬਚੋ ਇੱਕ ਆ ਜਿਹੜਾ ਦਿੱਲੀਓਂ ਤੁਰਿਆ ਕਹਿੰਦਾ ਐਤਕੀ ਪੰਜਾਬ ਰੁਕ ਲੈਣਾ ਪਿਛਲੀ ਵਾਰੀ 20 ਐਮਐਲਏ ਬਣੇ 10 ਭੱਜ ਗਏ 4 ਐਮਪੀ ਬਣੇ 3 ਭੱਜ ਗਏ ਇੱਕ ਸ਼ਰਾਬੀ ਰਹਿ ਗਿਆ ਭਗਵੰਤ ਮਾਨ ਕਿਉਂਕਿ ਉਹਨੂੰ ਭੱਜ ਕੇ ਜਾਣਾ ਕਿੱਥੇ ਸੀ ਉਹਨੂੰ ਲੈਣਾ ਹੀ ਨਹੀਂ ਸੀ ਹਰਿੰਦਰ ਖਾਲਸਾ ਜੀ ਬਣੇ ਐਮਪੀ ਉਹਦੇ ਨਾਲ ਪਾਰਲੀਮੈਂਟ ਚ ਜਾਣਾ ਮਨਾ ਪਾਰਲੀਮੈਂਟ ਚ ਜਾਣਾ ਕਹਿੰਦਾ ਮੈਂ ਜਾਣਾ ਨਹੀਂ ਹੁਣ ਉਹ ਕਹਿੰਦੇ ਕਿਉਂ ਨਹੀਂ ਜਾਣਾ ਕਹਿੰਦੇ ਜੀ ਮੈਂ ਇਹਦੇ ਨਾਲ ਨਹੀਂ ਬਹਿ ਸਕਦਾ ਸਪੀਕਰ ਨੂੰ ਚਿੱਠੀ ਲਿਖੀ ਵੀ ਮੇਰੀ ਕੁਰਸੀ ਬਦਲ ਦੋ ਇਹਦੇ ਨਾਲ ਸਪੀਕਰ ਨੇ ਕਿਹਾ ਵੀ ਤੁਸੀਂ ਆਪਣੇ ਪ੍ਰਧਾਨ ਨਾਲ ਬੈਠੇ ਹੋ ਤੁਸੀਂ ਸੀਟ ਕਿਉਂ ਬਦਲਣਾ ਚਾਹੁੰਦੇ ਹੋ ਕਹਿੰਦੇ ਜੀ ਮੈਂ ਘਰੋਂ ਪਾਠ ਕਰਕੇ ਆਉਣਾ ਗੁਰਸਿੱਖ ਬੰਦਾ ਇੱਥੇ ਬੋਤਲ ਪੈਕ ਪੀ ਕੇ ਬੈਠਾ ਹੁੰਦਾ ਹੈ ਮੁਸ਼ਕ ਮਾਰਦਾ ਮੈਂ ਤਾਂ ਬੈਠ ਨਹੀਂ ਸਕਦਾ ਉਹ ਕਹਿੰਦਾ ਮੈਨੂੰ ਤਾਂ ਇੱਥੇ ਘਬਰਾਹਟ ਹੁੰਦੀ ਹੈ ਇਹਦੇ ਨਾਲ ਬੈਠ ਤਾਂ ਕਿਹਾ ਤੁਸੀਂ ਐਸਾ ਚਾਹੁੰਦੇ ਹੋ ਚੀਫ ਮਿਨਿਸਟਰ ਗੁਰਦੁਆਰੇ ਚ ਵੜ ਗਿਆ ਸ਼ਰਾਬ ਪੀ ਕੇ ਜਦੋਂ ਮੁੰਡਿਆਂ ਨੇ ਦੇਖਿਆ ਵੀ ਸ਼ਰਾਬ ਪੀਤੀ ਉਹਨਾਂ ਨੇ ਪੁੱਛਿਆ ਭੱਜ ਲਿਆ ਤੇ ਗੱਡੀ ਦੀ ਦਰਵਾਜ਼ਾ ਵੀ ਨਹੀਂ ਖੋਲ ਹੋਇਆ ਪਿੱਛੇ ਡਿੱਗੀ ਜੀ ਵੜ ਗਿਆ ਪਤਾ ਨਹੀਂ ਲੱਗਾ ਵੀ ਖੱਬੇ ਉਤਰਨਾ ਸੱਜੇ ਉਤਰਨਾ ਪਿੱਛੋਂ ਹੀ ਖੋਲ ਕੇ ਉੱਚੀ ਵੜ ਗਿਆ ਕਿਆ ਐਸਾ ਕਾਰਟੂਨ ਚਾਹੀਦਾ ਤੁਹਾਨੂੰ ਚੀਫ ਮਿਨਿਸਟਰ ਦੱਸੋ ਜੀ ਤੁਹਾਡੇ ਕੋਲ 3 ਆਪਸ਼ਨਾਂ ਨੇ ਭਗਵੰਤ ਮਾਨ ਹੈ ਸੁਖਬੀਰ ਬਾਦਲ ਹੈ ਸਰਦਾਰ ਚਰਨਜੀਤ ਸਿੰਘ ਚੰਨੀ ਕੌਣ ਚਾਹੀਦਾ ਆਪਾਂ ਨੂੰ ਦੱਸੋ ਜਰਾ ਖੋਲ ਕੇ ਦੱਸੋ ਤਾਂ ਫਿਰ ਚੰਨੀ ਸਾਹਿਬ ਕਿਵੇਂ ਬਣਨਗੇ ਚੰਨੀ ਸਾਹਿਬ ਕਿੱਦਾਂ ਬਣਨਗੇ ਮੋਹਰ ਕਿੱਥੇ ਲਾਉਣੀ ਆ ਪੰਜੇ ਉੱਤੇ ਲਾਉਣੀ ਆ ਮੋਹਰ ਕਿੱਥੇ ਲਾਉਣੀ ਆ ਕਾਂਗਰਸ ਪਾਰਟੀ ਉੱਤੇ ਲਾਉਣੀ ਆ ਨੂੰ ਵੋਟ ਪਾਉਂਗੇ ਕਾਂਗਰਸ ਪਾਰਟੀ ਫਲੋਰ ਤੋਂ ਜਿੱਤੇਗੀ ਚੰਨੀ ਸਾਹਿਬ ਦੀਆਂ ਬਾਹਾਂ ਮਜ਼ਬੂਤ ਹੋਣਗੀਆਂ ਔਰ ਚੰਨੀ ਸਾਹਿਬ ਮੁੱਖ ਮੰਤਰੀ ਬਣਨਗੇ ਔਰ ਜਿਹੜਾ ਮੁੱਖ ਮੰਤਰੀ 100 ਦਿਨਾਂ 'ਚ 100 ਮਸਲੇ ਹੱਲ ਕਰ ਸਕਦਾ ਹੈ ਤਾਂ ਜੇ ਤੁਸੀਂ ਉਹਨੂੰ 5 ਸਾਲ ਦੇ ਦੋਗੇ ਤਾਂ ਫਿਰ ਦੇਖੋ ਵੀ ਪੰਜਾਬ ਕਿੱਥੇ ਜਾਂਦਾ ਕਿਹੜੀਆਂ ਬੁਲੰਦੀਆਂ ਇੰਨਾ ਹੀ ਕਹਿੰਦਾ ਹੋਇਆ ਤੁਹਾਨੂੰ ਇੱਕ ਵਾਰੀ ਫਿਰ ਬੇਨਤੀ ਕਰਦਾ ਕਿ ਇਸ ਵਾਰ ਕਾਂਗਰਸ ਪਾਰਟੀ ਨੂੰ ਸਪੋਰਟ ਕਰੋ ਪਿਛਲੇ 3 ਵਾਰ ਲਗਾਤਾਰ ਤੁਸੀਂ ਐਮਐਲਏ ਅਕਾਲੀਆਂ ਦਾ ਦੇਖ ਲਿਆ ਹਰ ਵਾਰੀ ਬਦਲ ਜਾਂਦਾ ਜਿਹੜਾ ਬਾਤ 7 ਚ ਬਣਿਆ ਸੀ ਉਹਦਾ ਮੁੰਡਾ ਭੋਲੇ ਦਾ ਯਾਰ ਬਣ ਗਿਆ ਹੁਣ ਉਹ ਵੀ ਇਲੈਕਸ਼ਨ ਲੜ ਰਿਹਾ ਸਰਵਣ ਸਿੰਘ ਫਲੌਰ ਕਰਤਾਰਪੁਰ ਜਾ ਕੇ ਸਰਵਣ ਸਿੰਘ ਕਰਤਾਰਪੁਰ ਹੁਣ ਬਹੁਤ ਜਲਦ ਹੋਏਗਾ ਸਰਵਣ ਸਿੰਘ ਸੈਂਟਰਲ ਜੇਲ੍ਹ ਕਪੂਰਥਲਾ ਉਹ ਕਿਉਂ ਹੋਏਗਾ ਉਹ ਕਿਉਂ ਹੋਏਗਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਕਾਂਗਰਸ ਚ ਆ ਗਿਆ ਔਰ ਜਿਹੜਾ ਭੋਲੇ ਦਾ ਕੇਸ ਸੀ ਜਿਹ ਚ ਭੋਲਾ ਸਜ਼ਾ ਕੱਟ ਰਿਹਾ ਔਰ ਕਈ ਸਾਡੇ ਗੁਰਾਇਆਂ ਦੇ ਬਿਜ਼ਨਸਮੈਨ ਜੇਲ੍ਹ ਕੱਟ ਰਹੇ ਨੇ ਉਹਦੇ ਚ ਸਭ ਤੋਂ ਉੱਪਰ ਨਾਮ ਇਹਦਾ ਸੀ ਉਹ ਕੈਪਟਨ ਬਚਾਈ ਗਿਆ ਹੁਣ ਕੈਪਟਨ ਤਾਂ ਗਿਆ ਹੁਣ ਇਹਨੂੰ ਕੌਣ ਬਚਾਏਗਾ ਹੁਣ ਤਾਂ ਚੰਨੀ ਸਾਹਿਬ ਆਉਣਗੇ ਦੁਬਾਰਾ ਜਿੱਦਾਂ ਮਜੀਠੀਏ ਨੂੰ ਭਾਜਣ ਪਾਈ ਗਿਆ ਉਦਾਂ ਅਗਲੀ ਵਾਰੀ ਇਹ ਨਹੀਂ ਹੈ ਤੇਰੇ ਮੁੰਡੇ ਇਸ ਤੋਂ ਵੀ ਬਚ ਕੇ ਰਹੋ ਇਹ ਵੀ ਤੁਰਿਆ ਫਿਰਦਾ ਇੱਥੇ ਟੈਲੀਫੋਨ ਚੱਕ ਇਹਨੂੰ ਦੱਸ ਦਿਓ ਵੀ ਐਤਕੀ ਪੰਜਾ ਹੀ ਹੈ ਪੰਜਾ ਹੀ ਪੰਜਾ ਹੀ ਬਹੁਤ ਬਹੁਤ ਧੰਨਵਾਦ ਜੈ ਹਿੰਦ